ਫਰੀ ਮੈਡੀਕਲ ਟ੍ਰੀਟਮੈਂਟ ਦੀ ਅਸੀਂ ਅਸਿਸਟੈਂਸ ਹੈ ਜਿਹੜੀ ਉਹ ਦੇਣੀ ਹੈ, ਇੱਕ ਐਂਬੂਲੈਂਸ ਜਿਹੜੀ ਹੈਗੀ ਹੈ ਉਹ ਦੇਖਣ ਆਇਆ ਵੀ ਕੋਈ ਕਿਤੇ ਕਮੀ ਪੇਸ਼ੀ ਨਾ ਰਹਿ ਜੇ, ਅਸੀਂ ਆਪਣੇ ਕਿਸਾਨਾਂ ਨੂੰ ਸਪੋਰਟ ਕਰਨਾ ਹੈ। ਪੰਜਾਬੀ ਹੋਣ ਦੇ ਨਾਤੇ ਆਏ ਹਾਂ, ਹਰ ਪੰਜਾਬੀ ਦਾ ਫਰਜ਼ ਹੈ ਕਿਉਂਕਿ ਕਿਸਾਨੀ ਖੇਤੀਬਾੜੀ ਸਾਡਾ ਧੁਰਾ ਹੈ, ਪੰਜਾਬ ਦਾ ਸੋਸ਼ਲ ਫੈਬਰਿਕ ਹੈ ਜਿਹੜਾ ਸਾਡਾ ਖੇਤੀਬਾੜੀ ਨਾਲ ਸੰਬੰਧਿਤ ਹੈ। ਅੱਗੇ ਜਥੇਬੰਦੀਆਂ ਨੇ ਜਿੰਨਾ ਰੋਲ ਸਾਨੂੰ ਅਸਾਈਨ ਹੋਊਗਾ ਉਹਨਾਂ ਵੱਲੋਂ, ਕਿਉਂਕਿ ਅਸੀਂ ਸਪੋਰਟ ਜਿੱਥੇ ਸਾਡੀ ਡਿਊਟੀ ਲੱਗ ਜੂਗੀ ਉਹ ਡਿਊਟੀ ਨਿਭਾਵਾਂਗੇ। ਫਿਲਹਾਲ ਅਸੀਂ ਮੈਡੀਕਲ ਸਪੋਰਟ, ਲੀਗਲ ਸਪੋਰਟ, ਜਿਹੜੀ ਫਰੀ ਲੀਗਲ ਏਡ ਹੈ ਕਿਉਂਕਿ ਤਸ਼ੱਦਦਾਂ ਬਹੁਤ ਹੋ ਰਹੀਆਂ ਨੇ, ਪਰਚੇ ਦੀ ਡਿਮਾਂਡ ਕਰਦੇ ਹਾਂ ਔਰ ਪੰਜਾਬ ਸਰਕਾਰ ਪਰਚਾ ਦਰਜ ਕਰੇ ਪੁਲਿਸ ਵਾਲਿਆਂ 'ਤੇ, ਉਹਨਾਂ 'ਤੇ ਹਰਿਆਣੇ ਵਾਲਿਆਂ 'ਤੇ। ਇਹ ਪਹਿਲੀ ਅਸੀਂ ਡਿਮਾਂਡ ਦਰਜ ਕਰਨ ਲੱਗੇ। ਜਿਹੜਾ ਅੱਡ ਆਪਾਂ ਲਿਆ ਉਹ ਮੋਦੀ ਸਰਕਾਰ ਨਾਲ ਲਿਆ ਔਰ ਐਂਟੀ ਪੰਜਾਬ ਔਰ ਐਂਟੀ ਫਾਰਮਰ ਇਸਟੈਬਲਿਸ਼ ਹੋ ਚੁੱਕਿਆ ਕਿ ਮੋਦੀ ਸਾਹਿਬ ਸਾਡੇ ਐਂਟੀ ਪੰਜਾਬ ਅਤੇ ਐਂਟੀ ਫਾਰਮਰ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਾਡੇ ਨਾਲ ਮੋਹਿਤ ਮਹਿੰਦਰਾ ਜੀ ਨੇ, ਜੋ ਕਿ ਕਾਂਗਰਸ ਤੋਂ ਨੇ, ਜਿਹੜੇ ਕਿ ਸਾਬਕਾ ਕੈਬਨਿਟ ਮੰਤਰੀ ਜਿਹੜੇ ਆਪਣੇ ਬ੍ਰਹਮਿੰਦਰਾ ਜੀ ਕੇ ਉਹਨਾਂ ਦੇ ਬੇਟੇ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ, ਤੁਸੀਂ ਅੱਜ ਧਰਨਾ ਪ੍ਰਦਰਸ਼ਨ ਦੇ ਵਿੱਚ ਇੱਥੇ ਪਹੁੰਚੋ, ਕੀ ਕਹਿਣਾ ਚਾਹੁੰਦੇ? ਦੇਖੋ, ਗੱਲ ਇਹ ਹੈ ਜੋ ਕੋਈ ਕਮੀ ਪੇਸ਼ੀ ਜਿਸ ਤਰੀਕੇ ਨਾਲ ਅਸੀਂ ਸਪੋਰਟ ਕਰ ਸਕਦੇ ਹਾਂ, ਅੱਜ ਦੇਖਣ ਲਈ ਆਏ ਹਾਂ ਕਿ ਅਸੀਂ ਕੀ ਸਪੋਰਟ ਕਰ ਸਕਦੇ ਹਾਂ। ਕਿਉਂਕਿ ਫਰੀ ਮੈਡੀਕਲ ਟ੍ਰੀਟਮੈਂਟ ਦੀ ਅਸੀਂ ਅਸਿਸਟੈਂਸ ਹੈ ਜਿਹੜੀ ਉਹ ਦੇਣੀ ਹੈ, ਇੱਕ ਐਂਬੂਲੈਂਸ ਜਿਹੜੀ ਹੈਗੀ ਹੈ ਉਹ ਦੇਖਣ ਆਏ ਹਾਂ ਵੀ ਕੋਈ ਕਿਤੇ ਕਮੀ ਪੇਸ਼ੀ ਨਾ ਰਹਿ ਜੇ, ਅਸੀਂ ਆਪਣੇ ਕਿਸਾਨਾਂ ਨੂੰ ਸਪੋਰਟ ਕਰਨਾ ਹੈ। ਇੱਕ ਲੀਡਰ ਦੇ ਤੌਰ 'ਤੇ ਨਹੀਂ ਹੈ? ਨਹੀਂ, ਬਿਲਕੁਲ ਵੀ ਨਹੀਂ। ਇੱਕ ਪੰਜਾਬੀ ਹੋਣ ਦੇ ਨਾਤੇ ਆਏ ਹਾਂ, ਹਰ ਪੰਜਾਬੀ ਦਾ ਫਰਜ਼ ਹੈ ਕਿਉਂਕਿ ਕਿਸਾਨੀ ਖੇਤੀਬਾੜੀ ਸਾਡਾ ਧੁਰਾ ਹੈ, ਪੰਜਾਬ ਦਾ ਸੋਸ਼ਲ ਫੈਬਰਿਕ ਹੈ ਜਿਹੜਾ ਸਾਡਾ ਖੇਤੀਬਾੜੀ ਨਾਲ ਸੰਬੰਧਿਤ ਹੈ। ਸ਼ਹਿਰੀ ਵੀ ਔਰ ਪੇਂਡੂ ਇਲਾਕਾ ਵੀ, ਇਹ ਜੁੜਿਆ ਹੋਇਆ, ਪੰਜਾਬ ਇੱਕ ਹੈ ਔਰ ਇਸ ਸੋਸ਼ਲ ਫੈਬਰਿਕ ਨੂੰ ਬਚਾਉਣ ਦੀ ਲੋੜ ਹੈ। ਮੋਹਿਤ ਮਹਿੰਦਰਾ ਨਾਲ ਕਾਂਗਰਸ ਪਾਰਟੀ ਦਾ ਯੂਥ ਵੀ ਅਤੇ ਹੋਰ ਵੀ ਯੂਥ ਬਹੁਤ ਆ, ਜੇ ਕੱਲ੍ਹ ਨੂੰ ਦਿੱਲੀ ਦੇ ਵੱਲ ਵੱਧਦੇ ਨੇ ਤਾਂ ਆਪਣਾ ਕਾਫਲਾ ਲੈ ਕੇ ਨਾਲ ਚੱਲੋਗੇ? ਬਿਲਕੁਲ, ਦੇਖੋ ਅੱਗੇ ਜਥੇਬੰਦੀਆਂ ਨੇ ਜਿੰਨਾ ਰੋਲ ਸਾਨੂੰ ਅਸਾਈਨ ਹੋਊਗਾ ਉਹਨਾਂ ਵੱਲੋਂ, ਕਿਉਂਕਿ ਅਸੀਂ ਸਪੋਰਟ ਜਿੱਥੇ ਸਾਡੀ ਡਿਊਟੀ ਲੱਗ ਜੂਗੀ ਉਹ ਡਿਊਟੀ ਨਿਭਾਵਾਂਗੇ। ਫਿਲਹਾਲ ਅਸੀਂ ਮੈਡੀਕਲ ਸਪੋਰਟ, ਲੀਗਲ ਸਪੋਰਟ, ਜਿਹੜੀ ਫਰੀ ਲੀਗਲ ਏਡ ਹੈ ਕਿਉਂਕਿ ਤਸ਼ੱਦਦਾਂ ਬਹੁਤ ਹੋ ਰਹੀਆਂ ਨੇ। ਹਰਿਆਣਾ ਪੁਲਿਸ, ਅੱਜ ਅਸੀਂ ਇੱਥੋਂ ਡਿਮਾਂਡ ਵੀ ਕਰ ਰਹੇ ਹਾਂ ਕਿ ਪਰਚਾ ਹੋਣਾ ਚਾਹੀਦਾ, ਜਿਹੜੀਆਂ ਇਲੀਗਲੀ ਜਿਹੜਾ ਟੀਅਰ ਗੈਸ ਦੇ ਜਿਹੜੇ ਸਾਡੇ ਆਸੂ ਬੰਬ ਛੱਡੇ ਗਏ ਨੇ, ਅਸੀਂ ਪਰਚੇ ਦੀ ਡਿਮਾਂਡ ਕਰਦੇ ਹਾਂ ਔਰ ਪੰਜਾਬ ਸਰਕਾਰ ਪਰਚਾ ਦਰਜ ਕਰੇ ਪੁਲਿਸ ਵਾਲਿਆਂ 'ਤੇ, ਉਹਨਾਂ 'ਤੇ ਹਰਿਆਣੇ ਵਾਲਿਆਂ 'ਤੇ। ਇਹ ਪਹਿਲੀ ਅਸੀਂ ਡਿਮਾਂਡ ਅੱਜ ਕਰਨ ਲੱਗੇ। ਲਗਾਤਾਰ ਉੱਧਰੋਂ ਫਾਇਰਿੰਗ ਵੀ ਹੁੰਦੀ ਆ, ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਆਪਣੇ 315 ਦੇ ਫਾਇਰ ਵੀ ਕੀਤੇ ਗਏ ਨੇ। ਦੇਖੋ, ਮਾਹੌਲ ਖਰਾਬ ਹੈ ਔਰ ਜਿਹੜਾ ਅੱਡ ਆਪਾਂ ਲਿਆ ਉਹ ਮੋਦੀ ਸਰਕਾਰ ਨਾਲ ਲਿਆ ਔਰ ਐਂਟੀ ਪੰਜਾਬ ਔਰ ਐਂਟੀ ਫਾਰਮਰ ਇਸਟੈਬਲਿਸ਼ ਹੋ ਚੁੱਕਿਆ ਕਿ ਮੋਦੀ ਸਾਹਿਬ ਸਾਡੇ ਐਂਟੀ ਪੰਜਾਬ ਅਤੇ ਐਂਟੀ ਫਾਰਮਰ ਹੈ। ਇਹ ਵੀ ਦੱਸ ਦੇਣਾ ਕਿ ਸਾਡੇ ਗੋਲੀਆਂ ਵੱਜੀਆਂ, ਹੁਣ ਤੁਸੀਂ ਕਹਿੰਦੇ ਹੋ ਕਿ ਜੇਕਰ ਅੱਗੇ ਵਧਾਂਗੇ ਤਾਂ ਹੁਣ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਇਸ ਗੱਲ ਦੀ, ਉਹ ਦੇਖੋ ਜੋ ਹਾਲ ਹਰਿਆਣੇ ਦੀ ਸਰਕਾਰ ਨੇ ਕੀਤਾ ਹੈ ਔਰ ਇੱਕ FIR ਹੋਣੀ ਨਹੀਂ ਚਾਹੀਦੀ, ਪਹਿਲੀ ਗੱਲ ਤਾਂ ਆ ਹੈ। ਔਰ ਦੂਜੀ ਗੱਲ ਇਹ ਹੈ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ MSP ਦੀ ਲੀਗਲ ਗਰੰਟੀ ਜਿਹੜੀ ਹੈਗੀ ਹੈ ਰਾਹੁਲ ਗਾਂਧੀ ਜੀ ਔਰ ਖੜਗੇ ਸਾਹਿਬ ਨੇ ਕਹੀ ਹੈ, ਔਰ ਉਸ ਤੋਂ ਪਹਿਲਾਂ ਇਸ ਸਿਚੁਏਸ਼ਨ ਨੂੰ ਨਜਿੱਠਣ ਦੀ ਲੋੜ ਹੈ। ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਵਿਰੋਧੀ ਧਿਰ ਦਾ ਰੋਲ ਅਦਾ ਕਰਦੀ ਆ, ਪੰਜਾਬ ਸਰਕਾਰ ਨੂੰ ਲਗਾਤਾਰ ਕਿਸਾਨ ਅਪੀਲ ਕਰਦੇ ਨੇ ਕਿ ਸਾਡੀ ਹੱਦ ਦੇ ਵਿੱਚ ਆ ਕੇ ਸਾਡੇ 'ਤੇ ਜਿਹੜਾ ਵਾਰ ਕੀਤਾ ਜਾ ਰਿਹਾ। ਮੈਂ ਤਾਂ ਕਹਿ ਰਿਹਾ ਜੀ, ਅਸੀਂ ਪਰਚੇ ਦੀ ਡਿਮਾਂਡ ਕਰ ਰਹੇ ਹਾਂ, ਪੰਜਾਬ ਸਰਕਾਰ ਪਰਚੇ, ਅੱਜ ਮੈਂ ਚਿੱਠੀ ਵੀ ਲਿਖੀ ਹੈ DC ਸਾਹਿਬ ਨੂੰ, ਪਟਿਆਲੇ ਨੂੰ ਚਿੱਠੀ ਲਿਖਣ ਲੱਗੇ ਹਾਂ ਕਿ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਨੇ ਆਹ ਕੰਮ ਕੀਤਾ। ਇਹ ਕੌਂਸਟੀਟਿਊਸ਼ਨਲ ਰਾਈਟ ਹੈ ਕਿਸੇ ਦਾ ਵੀ, ਔਰ ਕਿਸਾਨ ਜਿਹੜਾ ਸਾਡਾ ਅੰਨਦਾਤਾ ਹੈ, ਗੋਲੀਆਂ ਨਹੀਂ ਉਹਨਾਂ ਦੇ ਅੱਗੇ ਤਾਂ ਫੁੱਲ ਵਰਸਾਉਣੇ ਚਾਹੀਦੇ।
ਜੇਕਰ ਪੰਜਾਬ ਸਰਕਾਰ ਤੁਹਾਡੀ ਚਿੱਠੀ ਲਿਖਣ ਤੋਂ ਬਾਅਦ ਵੀ ਡੀਸੀ ਨੇ ਵੀ ਚਿੱਠੀ ਲਿਖੀ, ਉਹ ਤੋਂ ਬਾਅਦ ਕੋਈ ਐਕਸ਼ਨ ਨਹੀਂ ਲੈਂਦੀ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਫਿਰ ਵਿਰੋਧੀ ਧਿਰ ਦੇ ਨਾਂ ਤੇ ਸਰਕਾਰ ਦਾ ਵਿਰੋਧ ਕਰੂਗੀ, ਧਰਨਾ ਪ੍ਰਦਰਸ਼ਨ ਕਰੂ? ਕੱਲ ਸਾਡੀ ਮੀਟਿੰਗ ਹੈ, ਸਾਡੀ ਸਾਰੀ ਪਾਰਟੀ ਦੇ ਸੀਨੀਅਰ ਲੀਡਰਸ ਆ ਰਹੇ ਹੈ। ਕੀ ਸਟਾਂਸ ਕਾਂਗਰਸ ਲੈ ਰਹੀ ਹੈ? ਵੈਸੇ ਤਾਂ ਉਹਨਾਂ ਨੇ ਕਲੀਅਰ ਕਰਤਾ MSP ਤੇ ਕਿ ਅਸੀਂ ਲੀਗਲ ਗਾਰੰਟੀ ਦੇਵਾਂਗੇ, ਪਰ ਸਾਰੇ ਲੀਡਰ ਸਲਾਹ ਕਰਕੇ ਵੀ ਅੱਗੇ ਕੀ ਕਰਨਾ ਉਹ ਕਰਾਂਗੇ। ਅੱਜ ਇੰਡੀਵਿਜੁਅਲ ਤੌਰ 'ਤੇ ਔਰ ਪੰਜਾਬ ਯੂਥ ਕਾਂਗਰਸ ਦੇ ਤੌਰ 'ਤੇ ਜੋ ਮੈਡੀਕਲ ਸਪੋਰਟ ਔਰ ਲੀਗਲ ਸਪੋਰਟ ਅਸੀਂ ਦੇ ਸਕਦੇ ਹਾਂ ਉਹ ਮੁਹੱਈਆ ਕਰਾਉਣਾ ਹੈ। ਸਰ ਮੋਹਿਤ ਮਹਿੰਦਰਾ ਜੋ ਕਿ ਕਾਂਗਰਸ ਦੇ ਲੀਡਰ ਨੇ, ਜਿਹੜੇ ਲਗਾਤਾਰ ਪੰਜਾਬ ਯੂਥ ਕਾਂਗਰਸ ਦੇ ਨੌਜਵਾਨਾਂ ਦੇ ਨਾਲ ਸੇਵਾ ਨਿਭਾਉਂਦੇ ਨੇ ਅਤੇ ਅੱਜ ਇਹ ਇੱਥੇ ਧਰਨੇ ਦੇ ਉੱਤੇ ਪਹੁੰਚੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਮੋਦੀ ਸਰਕਾਰ ਆ ਉਹ ਲਗਾਤਾਰ ਜਿਹੜੇ ਕਿਸਾਨਾਂ ਦਾ ਅੱਤਿਆਚਾਰ ਕਰ ਰਹੀ ਹੈ, ਇਹ ਦਰਅਸਲ ਗਲਤ ਆ, ਅਤੇ ਜਿਹੜੇ ਨੌਜਵਾਨਾਂ ਦੇ ਉੱਤੇ ਸੱਟਾਂ ਮਾਰੀਆਂ ਨੇ ਉਹਦੇ ਤਹਿਤ ਉਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਣੇ ਚਾਹੀਦੇ ਨੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ। ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਸੁਵੀਰ ਭੰਗੂ, ਸ਼ੰਭੂ ਬੇਰੀਆ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।